ਗੱਲ ਆ ਜੀ? ਨਾਮ ਦੱਸ। ਸਾਰੇ ਨਾਮ ਮੇਰਾ ਬਲਜੀਤ ਸਿੰਘ ਜੀ ਤੇ ਤਹਿਸੀਲ ਬਟਾਲਾ ਤੇ ਪਿੰਡ ਮੇਰਾ ਸ਼ੰਕਰਪੁਰਾ ਜੀ। ਹਾਂਜੀ, ਕੀ ਹੋ ਗਿਆ ਸਰ? ਕਿੰਨੀ ਦੇਰ ਹੋ ਗਈ ਤੁਹਾਨੂੰ ਗਿਆ ਨੇ, ਕਿਵੇਂ ਫਸ ਗਏ ਤੁਸੀਂ? ਇਹ ਸਰ ਜਾਨੂੰ ਕਸ਼ਮੀਰ ਸਿੰਘ ਘੁੰਮਣਾ ਦਾ ਜੀ, ਕਸ਼ਮੀਰ ਸਿੰਘ ਏਜੰਟ, ਤੇ ਇੱਕ ਹੈਗਾ ਜੀ ਗੁਰਜੰਟ ਸਿੰਘ ਮਤਲਬ ਮੇਵੇ ਚੱਕ ਦਾ ਮੁੰਡਾ, ਉਹਨਾਂ ਨੂੰ ਫਸਾ ਤਾ ਵਿਜੜੇ ਜੀ। ਸਾਨੂੰ 2-2.5 ਮਹੀਨੇ ਆਪਾਂ ਨੂੰ ਹੋ ਗਏ ਉੱਥੇ ਬੈਠਿਆਂ ਨੂੰ, ਰੋਟੀ ਪਾਣੀ ਦਾ ਖਰਚਾ ਵੀ ਆਪਾਂ ਘਰੋਂ ਮੰਗਾਉਂਦੇ ਰਹੇ ਜੀ। ਫਿਰ ਸਾਨੂੰ ਆਪਾਂ ਕੰਡਕਟ ਕੀਤਾ ਡਾਕਟਰ ਸਾਹਿਬ ਬਣਾਉਣਾ, ਐਸ ਪੀ ਸਿੰਘ ਡਾਕਟਰ ਬੁਲਾਏ, ਫਿਰ ਉਹਨਾਂ ਨੇ ਸਾਡੀ ਮਦਦ ਕੀਤੀ, ਸਾਨੂੰ ਉੱਥੇ ਘੱਲਿਆ ਜੀ। ਨਹੀਂ ਤਾਂ ਸਾਡਾ ਫੈਨ ਫੋਨ ਬਹੁਤ ਭੜ ਗਿਆ, ਫਿਰ ਉਹਨਾਂ ਨੇ ਸਾਰਾ ਕੁਝ ਹੱਲ ਕਰਕੇ ਉੱਥੇ ਭੇਜਿਆ ਜਾਣਾ। ਕਿੰਨੇ ਪੈਸੇ ਲਾ ਕੇ ਤੁਸੀਂ ਗਏ ਸੀ? 60-60 ਹਜ਼ਾਰ ਰੁਪਏ। ਅਤੇ ਹੁਣ ਕਿਸ ਤਰ੍ਹਾਂ ਦਾ ਲੱਗਦਾ ਪਿਆ ਤੁਸੀਂ ਵਾਪਸ ਆ ਗਏ? ਹਾਂਜੀ, ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ? ਹੁਣ ਮਹਿਸੂਸ ਵਧੀਆ ਹੋ ਰਿਹਾ ਜੀ, ਬਸ ਘਰ ਆਪਾਂ ਆ ਗਏ। ਬਸ ਇਨਸਾਫ ਹੀ ਹੈ, ਜੋ ਕੋਈ ਹੋਰ ਨਹੀਂ ਤਾਂ ਕੋਈ ਫਸੇ ਬੰਦਾ ਏਜੰਟਾਂ ਕੋਈ ਏਜੰਟ ਪੈਸੇ ਪੁੱਛੇ ਖਾ ਲੈਂਦੇ, ਬਸ ਭੱਜ ਪੁੱਜ ਜਾਂਦੇ। ਕੋਈ ਹੋਰ ਕਿੰਨੇ ਪੈਸੇ ਦੇ ਕੇ ਤੁਸੀਂ ਗਏ? 65 ਹਜ਼ਾਰ ਰੁਪਇਆ। ਅਤੇ ਕੀ ਤੁਸੀਂ ਏਜੰਟ 'ਤੇ ਕਾਰਵਾਈ ਕਰੋਗੇ ਜੀ, ਕਰਵਾਓਗੇ ਕੋਈ ਕਾਨੂੰਨੀ ਕਾਰਵਾਈ? ਹਾਂਜੀ, ਉਹ ਤਾਂ ਹੁਣੀ ਬੰਦ ਹੀ ਆ ਜੀ। ਜਿੱਦਾਂ ਕੁਝ ਪੈਸੇ ਵਾਲੀ ਬੰਦਿਆਂ ਦੀ ਜ਼ਿੰਦਗੀ ਖਰਾਬ ਕਰ ਰਹੇ ਹੈਗੇ ਆ, ਇਹ ਤਾਂ ਨਾ ਹੋਵੇ। ਠੀਕ ਹੈ, ਹਾਂਜੀ। ਭਾਈ ਨਾਮ ਮੇਰਾ ਕੁਲਵਿੰਦਰ ਸਿੰਘ, ਸਾਨੂੰ ਉਹ ਬਲਵਿੰਦਰ ਸਿੰਘ, ਅਤੇ ਅਸੀਂ ਗਏ ਸੀ ਦੁਬਈ ਵਿਜਿਟ 'ਤੇ, ਇੱਦਾਂ ਕਰਕੇ ਏਜੰਟਾਂ ਨੂੰ ਫਸਾ ਤਾ ਉੱਥੇ। ਚਲੋ ਉੱਥੇ ਡਾਕਟਰ ਓਬਰਾਏ ਸਰ ਨੇ ਬਹੁਤ ਹੈਲਪ ਕੀਤੀ ਉਹਨਾਂ ਸਾਡੀ, ਉਹਨਾਂ ਚਲੋ ਫਾਈਨ ਬਹੁਤ ਜ਼ਿਆਦਾ 50-60 ਹਜ਼ਾਰ ਯਾਨੀ ਕਿ ਫਾਈਨ ਬਣ ਗਿਆ ਸੀ ਇੰਡੀਆ ਦਾ, ਅਤੇ ਉਹਨਾਂ ਨੇ ਸਾਰਾ ਖਰਚਾ ਕਰਕੇ ਸਾਨੂੰ ਯਾਨੀ ਕਿ ਇੰਡੀਆ ਭੇਜ ਦਿੱਤਾ। ਸਾਨੂੰ 2 ਮਹੀਨੇ ਹੋ ਗਿਆ, 16 ਫਰਵਰੀ 'ਤੇ ਗਏ ਸੀ ਉੱਥੇ ਦੁਬਈ ਅਤੇ ਬਟਾਲਾ ਸ਼ਹਿਰ ਦੇ ਰਹਿਣ ਵਾਲੇ। ਚਲੋ ਬਹੁਤ ਵਧੀਆ, ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਡਾਕਟਰ ਓਬਰਾਏ ਹੋਣਾ ਸਰ ਦਾ, ਅਤੇ ਤਾਂ ਕਿ ਉਹਨਾਂ ਨੇ ਸਾਨੂੰ ਇੱਥੇ ਭੇਜ ਦਿੱਤਾ, ਨਹੀਂ ਤਾਂ ਬੜਾ ਔਖਾ ਸੀਗਾ ਉੱਥੇ। ਏਜੰਟ ਨੂੰ 60 ਹਜ਼ਾਰ ਰੁਪਇਆ ਦਿੱਤਾ ਸੀ ਜਿਹਾ, ਅਤੇ ਬਟਾਲੇ ਤੋਂ ਹੀ ਏਜੰਟ ਵੀ PS ਟਰੈਵਲ ਵਾਲੇ, ਅਤੇ ਨਾ ਉਹਨਾਂ ਦੇ ਕੰਟੈਕਟ ਹੈਗੇ ਸੀ ਦਿੱਲੀ ਅਲੀ ਇੰਟਰਨੈਸ਼ਨਲ। ਹਾਂਜੀ, ਹੋਣੀ ਚਾਹੀਦੀ ਆ। ਅਸੀਂ ਤਾਂ ਇਹੋ ਕਹਿੰਦੇ ਗਾਂ ਤੋਂ ਵਿਜਿਟ 'ਤੇ ਜਾਓ ਨਾ ਤਾਂ ਚੰਗਾ ਜੇ, ਜਦੋਂ ਵੀ ਜਾਣਾ ਕੰਪਨੀ ਥਰੂ ਜਾਓ, ਇੰਪਲੋਇਮੈਂਟ ਵੀਜ਼ਾ ਸਿੱਧਾ ਹੀ ਲੈ ਕੇ ਜਾਓ। ਵਿਜਿਟ 'ਤੇ ਔਖਾ ਜੇ ਕੰਮ ਸਾਡੇ ਜੀ 80 ਹਜ਼ਾਰ। ਹਾਂਜੀ, 2 ਮਹੀਨੇ ਬਾਅਦ ਸਾਡੇ ਨਾਲ ਧੋਖਾ ਹੋਇਆ। ਇੱਥੋਂ ਜਿਹੜਾ ਕੁਛ ਏਜੰਟ ਕਹਿ ਕੇ ਲੈ ਕੇ ਗਏ ਸੀ ਉਹ ਕੁਛ ਉੱਥੇ ਨਹੀਂ ਮਿਲਿਆਗਾ, ਅਤੇ ਮੈਂ ਗਾ ਇਹੀ ਕਹਿਣਾ ਚਾਹੁੰਦੀ ਹਾਂ ਵੀ ਕੋਈ ਵੀ ਇੱਦਾਂ ਦੇ ਚੱਕਰ 'ਚ ਨਾ ਫਸੇ, ਫਰੀ ਪੂਰੀ ਉਹਦੀ ਇਮੀਗ੍ਰੇਸ਼ਨ ਕਲੀਅਰ ਕਰਾ ਕੇ ਇੱਥੋਂ ਜਾਵੇ। ਅਸੀਂ ਇੱਥੇ ਓਬਰਾਏ ਸਾਹਿਬ ਦੀ ਮਿਹਨਤ ਦੇ ਕਰਕੇ ਇੱਥੇ ਪਹੁੰਚੇ ਹਾਂ, ਅਤੇ ਸਾਨੂੰ ਬਹੁਤ ਵਧੀਆ ਫੀਲ ਹੋ ਰਿਹਾ। ਗਾਂ ਇੱਥੋਂ ਜੇ ਖਾਸ ਕਰਕੇ ਕੁੜੀਆਂ ਦਾ ਤਾਂ ਬਹੁਤ ਹੀ ਜ਼ਿਆਦਾ ਮਾੜਾ ਹਾਲ ਆ, ਉੱਥੇ ਮੁੰਡੇ ਐਡਜਸਟ ਕਰ ਲੈਂਦੇ, ਕੁੜੀਆਂ ਨੂੰ ਐਡਜਸਟ ਕਰਨਾ ਬਹੁਤ ਹੀ ਜ਼ਿਆਦਾ ਔਖਾ ਹੈ। ਕਿਸ ਹਾਲਾਤਾਂ ਵਿੱਚ ਗਏ, ਕਾਹਦੇ ਵਾਸਤੇ ਤੁਸੀਂ ਕੰਮ ਕਰ ਦੱਸਿਆ ਗਿਆ ਤੁਹਾਨੂੰ ਮਿਲੇ? ਹਾਂਜੀ, ਤੁਹਾਨੂੰ ਦੱਸਿਆ ਗਿਆ ਕਿ ਉੱਥੇ ਨੌਕਰੀ ਹੈਗੀ ਤੁਹਾਡੇ ਵਾਸਤੇ? ਉਹਨਾਂ ਨੇ ਕਿਹਾ ਸੀ ਵੀ ਕੋਈ ਵੀ ਜੋਬ ਦਵਾ ਸਕਦੇ ਹਾਂ, ਜਿਵੇਂ ਜਦ ਕਿ ਮੈਨੂੰ ਇੰਗਲਿਸ਼ ਵਗੈਰਾ ਆਉਂਦੀ ਆ, ਤਾਂ ਉਹ ਕਹਿੰਦੇ ਸੀ ਤੁਸੀਂ ਆਪਣੇ ਕੰਮ ਕਿਤੇ ਵੀ ਕਰ ਸਕਦੇ ਹੋ, ਪਰ ਪਹਿਲੇ ਦਿਨ ਉਹਨਾਂ ਨੇ ਫੋਨ ਫੜ ਲਿਆ, ਪਾਸਪੋਰਟ ਫੜ ਲਿਆ, ਸਾਰਾ ਕੁਝ, ਮੈਂਟਲੀ ਟੌਰਚ ਵੀ ਕਰਦੇ ਸੀ, ਬਾਹਰੋਂ ਲੋਕ ਵੀ ਲੈ ਕੇ ਜਾਂਦੇ ਸੀ। ਇਸ ਤਰੀਕੇ ਨਾਲ ਹਰਾਸਮੈਂਟ ਜ਼ਿਆਦਾ ਕੀਤੀ ਜਾਂਦੀ ਸੀ ਤੁਹਾਡੇ? ਤਾਂ ਹੋਰ ਕਿੰਨੀਆਂ ਤੁਹਾਡੇ ਵਰਗੀਆਂ ਲੜਕੀਆਂ ਉੱਥੇ? ਉੱਥੇ ਘੱਟੋ ਘੱਟ 200 ਦੇ ਨੇੜੇ ਕੁੜੀ ਉੱਥੇ ਹੋਊਗੀ ਜੀ। ਉਹ ਵੀ ਆਉਣਾ ਚਾਹੁੰਦੀਆਂ ਨੇ ਇੱਥੇ ਪਰ ਆ ਨਹੀਂ ਸਕਦੀਆਂ? ਆ ਨਹੀਂ ਸਕਦੀਆਂ ਗਾ, ਅਸੀਂ ਤਾਂ ਉੱਥੋਂ ਮਤਲਬ ਕਿ ਪਹਿਲਾਂ ਭੱਜਿਆ, ਫਿਰ ਸਾਡਾ ਓਬਰਾਏ ਸਾਹਿਬ ਨਾਲ ਕੰਟੈਕਟ ਹੋਇਆ ਹੈ, ਅਤੇ ਸਾਡਾ ਸਾਰਾ ਸਮਾਨ ਉੱਥੇ ਆ, ਫੋਨ, ਪਾਸਪੋਰਟ, ਕੱਪੜੇ, ਸਾਰਾ ਕੁਝ ਉੱਥੇ ਹੀ ਆ। ਆਖਰੀ ਸਵਾਲ ਹੈ ਕਿ ਜਦੋਂ ਤੁਸੀਂ ਆਏ ਜੀ, ਕਿਹਾ ਜਾ ਰਿਹਾ ਕਿ ਤੁਹਾਡੇ ਕੋਲ ਰੋਟੀ ਖਾਣ ਵਾਸਤੇ ਪੈਸੇ ਨਹੀਂ ਸੀ ਹੈਗੇ ਜਦੋਂ ਤੁਸੀਂ ਇੱਥੇ ਪਹੁੰਚੇ, ਪਾਰਕ 'ਚ ਰੋ ਰਹੇ ਸੀ, ਕੀ ਹੋਇਆ ਸੀ? ਕਿਸ ਤਰ੍ਹਾਂ ਤੁਹਾਡੇ ਤੁਸੀਂ ਇਹਨਾਂ ਦੇ ਲਿੰਕ 'ਚ ਕਿਸ ਤਰ੍ਹਾਂ ਆਏ? ਲਿੰਕ 'ਤੇ ਵਿੱਚ ਅਸੀਂ ਨੈੱਟ ਤੋਂ ਸਰਚ ਕੀਤੀ ਜੀ, ਫਿਰ ਉਹਨਾਂ ਨੇ ਨੰਬਰ ਲਿਆ ਅਤੇ ਫਿਰ ਸਾਡੀ ਉਹਨਾਂ ਨੇ ਬਹੁਤ ਹੀ ਜ਼ਿਆਦਾ ਮਤਲਬ ਹੈਲਪ ਕੀਤੀ ਹੈ ਜੀ। ਹਾਂਜੀ, ਉਹ ਬਹੁਤ ਜ਼ਿਆਦਾ, ਇੱਥੇ ਜਿਹੜੇ ਬੋਇਜ਼ ਸਾਡੇ ਨਾਲ ਆਏ, ਇੱਕ ਹੋਰ ਕੁੜੀ ਆਈ ਆ, ਉਹ ਸਾਰੇ ਉਹ ਹਰੇਕ ਦੀ ਬਹੁਤ ਹੀ ਜ਼ਿਆਦਾ ਹੈਲਪ ਕਰਦੇ ਆ ਜੀ। ਕੀ ਕਾਰਵਾਈ ਦੀ ਮੰਗ ਕਰਦੇ ਹੋ ਇਹੋ ਜਿਹੇ ਏਜੰਟਾਂ 'ਤੇ, ਕਿਉਂਕਿ ਲਗਾਤਾਰ ਹੋਰ ਵੀ ਜਿਹੜੇ ਏਜੰਟ ਨੇ ਬਾਹਰ ਭੇਜ ਦੇ ਨੇ ਐਸੇ? ਉਹਨਾਂ ਨੂੰ ਮੇਰਾ ਸਜ਼ਾ ਹੋਣੀ ਚਾਹੀਦੀ ਹੈ, ਠੀਕ ਆ? ਇੱਥੇ ਹੁਣ ਅਸੀਂ ਕੀਤਾ ਸੀਗਾ ਅਸੀਂ ਰਿਪੋਰਟ ਵੀ ਕੀਤੀ ਸੀ, ਪੁਲਿਸ ਕਹਿੰਦੀ ਜੇ ਉਹਨਾਂ ਨੇ ਘਰੇ ਜਾਣਾ ਤਾਂ ਸਾਨੂੰ ਪੈਸੇ ਚਾਹੀਦੇ ਆ, ਪੁਲਿਸ ਵੀ ਪੈਸੇ ਮੰਗਦੀ ਆ, ਕੋਈ ਨਹੀਂ ਸੁਣਦਾ ਕਿਸੇ ਦੀ ਵੀ। ਤੁਸੀਂ ਹੁਣ ਕੰਪਲੇਂਟ ਲਿਖਾਓਗੇ ਉਹਨਾਂ ਦੇ ਖਿਲਾਫ? ਹਾਂ ਜ਼ਰੂਰ। ਲੜਕੀਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੀ ਬਾਹਰ ਜਾਂਦੀ? ਜੇ ਪੂਰੀ ਇਮੀਗ੍ਰੇਸ਼ਨ ਕਰਾ ਕੇ ਜਾਣਦੇ ਜਾਣਾ ਤਾਂ ਠੀਕ ਹੈ। ਹਾਂਜੀ ਸਰ, ਆਪਣਾ ਨਾਮ? ਮੈਂ ਸ਼ਮਸ਼ੇਰ ਸਿੰਘ ਕੋਰੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਜਿਹੜੀ ਮਾਝੇ ਦੀ ਟੀਮ ਹੈ ਉਹਦਾ ਇੱਕ ਨਿੱਕਾ ਜਿਹਾ ਮੈਂਬਰ। ਮੇਰੇ ਨਾਲ ਸਾਡੇ ਚੇਅਰਮੈਨ ਸੁਖਜਿੰਦਰ ਸਿੰਘ ਹੇਰ ਨੇ, ਮਨਪ੍ਰੀਤ ਸਿੰਘ ਸੰਧੂ ਨੇ, ਨਵਜੀਤ ਸਿੰਘ ਘਈ ਨੇ, ਔਰ ਸਮੁੱਚੀ ਜਿਹੜੀ ਸਾਡੀ ਮਾਝਾ ਜੋਨ ਦੀ ਟੀਮ ਹੈ ਉਹ ਆ। ਔਰ ਅਸੀਂ ਅੱਜ ਇੱਥੇ ਜਿਹੜੇ ਬੱਚੇ, 4 ਬੱਚੇ ਔਰ 2 ਬੱਚੀਆਂ ਦੁਬਈ ਦੇ ਵਿੱਚੋਂ ਜਿਹੜੇ ਟਰੈਵਲ ਏਜੰਟਾਂ ਦੇ ਝਾਂਸੇ 'ਚ ਆ ਕੇ ਰੁਜ਼ਗਾਰ ਦੀ ਭਾਲ 'ਚ ਜਾਂ ਉਹਨਾਂ ਵੱਲੋਂ ਦਿਖਾਏ ਸਬਜ਼ ਬਾਗਾਂ ਕਰਕੇ ਉੱਥੇ ਪਹੁੰਚੇ ਸੀ, ਉੱਥੇ ਖੱਜਲ ਖਰਾਬ ਹੋ ਰਿਹਾ ਸੀ, ਉੱਥੇ ਪਰੇਸ਼ਾਨ ਹੋ ਰਿਹਾ ਸੀ ਉਹਨਾਂ 4 ਬੱਚਿਆਂ ਨੂੰ ਅਤੇ 2 ਬੱਚੀਆਂ ਨੂੰ।
अज अमृतसर जिहड़ा ओबराय साहब वालों विशेष जतन करके भेजा गया। अज उन्हां नूं असीं इत्थे रिसीव करना है ट्रस्ट वालों और उन्होंने रिसीव करके उन्होंने घर में भेजा। ये जिहड़े बच्चे आ जी चारे ते शंकरपुरा पिंड आ बटाला तहसील च जिला गुरदासपुर चिको पिंड दे आ बच्चियां जिहड़ियां मालवा खेत्र दे नाल संबंधित। देखो बच्चे तो वख वख तरीके नाल परेशान से काफ़ी विचों जिवें उत्थे अपने आप रुजगार लभदे रहे उन्होंने रुजगार मिलिया नहीं उन्होंने भी संपर्क किया तो बच्चिया तो उत्थे पार्क में रोंदी अवस्था में जो किसी ने संपर्क किया उन्होंने वेख्या उन्होंने तरस आया तो फिर उन्हें ओबराय साहब ने संपर्क किया तो जो ओबराय साहब के कन्ना चे गल पई उन्होंने तुरंत उत्थों के अपने साथियों उन्होंने सूचित किया फिर उन्होंने बच्चों ने कंटैक्ट करके उन्होंने इतने वापस पहुँचाने का इंतजाम जो ओबराय साहब ने किया। देखो असी तो अपील कर सकते हैं एक तो आप लोगों अपील करते हैं कि जदों भी कोई किसी ने बाहर जाने का सबब बना उन्होंने घट्टो घट उस एजेंट की प्रमाणिकता जी चेक कर लेनी चाहिए कि वो एजेंट जोड़ा आया वो रजिस्टर्ड भी है कि नहीं है वो झांसे में नहीं आना चाहिए। दूजी मैं ट्रस्ट वालों एक स्पष्ट करदा कि वो कंपनी की आदा रुजगार दा कंपनी दे सकती कि नहीं वो कंपनी का असी दस सकते बड़े चंगे तरीके दे नाल वो साढ़े ट्रस्ट के नाल वैबसाइट ट्रस्ट की हैगी मेल है ट्रस्ट की सानू मेल करके पुछ लैन क्योंकि बाद विच जिनी खजल खराबी होंदी आ ट्रस्ट नू भी मेहनत करनी पई आ जां लोकां नू भी खजल खराबी का सामना करना पैंदा है पर जे वो सानू मेल करके वो कंपनी बारे पुछ लैन तो घट्टो घट ट्रस्ट जो अपने जतना के नाल कंपनी बारे जरूर दस सकता भी यह कंपनी का वजूद उत्थे है कि नहीं है ये कंपनी रुजगार दे सकती है कि नहीं दे सकती। ट्रस्ट 500 के करीब बच्चे तो 30 के करीब बच्चिया जिहड़ियां हुण तक इन हालातों में वापस लिया चुका है और आने वाले समय च इसे पासे जिहड़ा ट्रस्ट वालों फोकस किया जाना है विशेष रूप में क्योंकि बच्चे अजे बड़े ने जिहड़े खजल खराब हो रहे हैं और असीं अपील भी करते लोगों को सूचना भी देन और ट्रस्ट वालों इस पर विशेष फोकस ओबराय साहब जो करके इन्होंने बच्चों की खजल खराबी खत्म करके इन्हों वापस भेजने का इंतजाम कर रहे हैं।